ਪਿਆਰੇ ਬੱਚਿਓ 6ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਮਿਤੀ 9 ਸਤੰਬਰ 2020 ਕਰਨ ਲੱਗੇ ਆਪਾਂ ਪਾਠ ਚੌਥਾ ਨਕਸ਼ੇ ਸਾਡੇ ਮਦਦਗਾਰ ਕਿਵੇਂ ਇਸ ਚੋਂ ਵਿੱਚੋਂ ਕੁਝ ਲਾਈਨਾਂ ਲਈਆਂ ਗਈਆਂ ਆ ਕੁਝ ਆਪਾਂ ਪਹਿਲਾਂ ਪੜੀਆਂ 8 ਤਰੀਕੇ ਦੇ ਵਿੱਚ ਵੀ ਭੌਤਿਕ ਨਕਸ਼ੇ ਕਿਸੇ ਮਹਾਦੀਪ ਜਾਂ ਦੇ ਕਿਸੇ ਦੇਸ਼ ਦੇ ਭੌਤਿਕ ਲੱਛਣਾਂ ਦੀ ਜਿਵੇਂ ਕਿ ਉੱਥੋਂ ਦੇ ਪਹਾੜ ਪਠਾਰ ਅਤੇ ਮੈਦਾਨ ਆਦਿ ਬਾਰੇ ਦੱਸਦੇ ਆਪਾਂ ਬੱਚੇ ਪੜਿਆ ਸੀ ਪਿਛਲੀ ਜਿਹੜੀ ਸਾਨੂੰ ਰੋਜ਼ਾਨਾ ਅਸਾਈਨਮੈਂਟ ਆਈ ਸੀ ਉਹਦੇ ਵਿੱਚ ਨਕਸ਼ਿਆਂ ਦੀਆਂ ਕਿਸਮਾਂ ਦੇਖੀਆਂ ਸੀ ਆਪਾਂ ਨੇ ਅੱਜ ਉਹਨਾਂ ਨੂੰ ਡਿਟੇਲ ਚ ਦੇਖਣ ਲੱਗੇ ਵੀ ਉਹ ਚ ਹੁੰਦਾ ਕੀ ਆ ਤੇ ਭੌਤਿਕ ਨਕਸ਼ਾ ਕੀ ਹੈ ਜਿਹਦੇ ਵਿੱਚ ਪਹਾੜ ਪਠਾਰ ਮੈਦਾਨ ਨਦੀਆਂ ਇਹਦੇ ਬਾਰੇ ਦੱਸਿਆ ਜਾਂਦਾ ਨੂੰ ਭੌਤਿਕ ਨਕਸ਼ੇ ਕਿੰਨੇ ਇਤਿਹਾਸਿਕ ਨਕਸ਼ੇ ਇਤਿਹਾਸਿਕ ਘਟਨਾਵਾਂ ਦੇ ਜਿਵੇਂ ਲੜਾਈਆਂ ਸੱਭਿਆਚਾਰਾਂ ਦਾ ਵਿਸਥਾਰ ਮਹੱਤਵਪੂਰਨ ਯਾਤਰਾਵਾਂ ਆਦਿ ਦਾ ਅਧਿਐਨ ਕਰਨ ਬਾਰੇ ਵਰਤੇ ਜਾਂਦੇ ਹੁਣ ਇਤਿਹਾਸਿਕ ਨਕਸ਼ੇ ਕਿਹੜੇ ਆ ਜਿਵੇਂ ਪਾਣੀਪਤ ਦੀਆਂ ਲੜਾਈਆਂ ਹੋਈਆਂ ਤਿੰਨ ਠੀਕ ਹੈ ਜਾਂ ਕੋਈ ਆਪਾਂ ਜਿਵੇਂ ਹੜੱਪਾ ਸਭਿਅਤਾ ਜਾਂ ਸਿੰਧ ਘਾਟੀ ਦੀ ਸਭਿਅਤਾ ਦੇ ਬਾਰੇ ਜਾਨਣਾ ਕਿੱਧਰੋਂ ਕਿੱਧਰ ਨੂੰ ਕਿੱਥੇ ਆ ਸੰਗੋਲ ਆ ਕਿੱਥੇ ਜਾਂ ਹੋਰ ਜਿੱਥੇ-ਜਿੱਥੇ ਵੀ ਇਹ ਚੀਜ਼ਾਂ ਮਿਲੀਆਂ ਆ ਆਪਾਂ ਨੂੰ ਤਾਂ ਇਹ ਨਕਸ਼ੇ ਇਤਿਹਾਸਿਕ ਇਨ ਨਕਸ਼ੇ ਰਾਹੀਂ ਆਪਏ ਥਾਵਾਂ ਦੀ ਜਾਣਕਾਰੀ ਲੈ ਸਕਦੇ ਹਾਂ ਵੰਡ ਸੰਬੰਧੀ ਨਕਸ਼ੇ ਵੱਖ-ਵੱਖ ਫਸਲਾਂ ਖਣਿਜਾਂ ਜਨਸੰਖਿਆ ਆਦ ਕਈ ਹੋਰ ਚੀਜ਼ਾਂ ਦੀ ਕਿਸੇ ਜਗਾ ਦੇਸ਼ ਮਹਾਦੀਪਾਂ ਵਿੱਚ ਵੰਡ ਦਿਖਾਈ ਦਿੰਦੀ ਹੈ ਤੇ ਉਹਦੇ ਵਿੱਚ ਆਪਾਂ ਕੀ ਹੈ ਜਿਵੇਂ ਮੰਨ ਲਓ ਆਪਣੇ ਕਣਕ ਕਿਹਾ ਤੇ ਆਪਾਂ ਦੇਖਦੇ ਹਾਂ ਭਾਰਤ ਵਿੱਚ ਕਣਕ ਦੀ ਵੰਡ ਕਿਵੇਂ ਆ ਕਿੱਥੇ-ਕਿੱਥੇ ਹੁੰਦੀ ਆ ਤੇ ਉਹ ਦਿਖਾਇਆ ਜਾ ਸਕਦਾ ਆ ਹਨਾ ਜਨਸੰਖਿਆ ਕਿਹੜੇ ਰਾਜਾਂ ਵਿੱਚ ਵੱਧਦਾ ਉਹ ਦਿਖਾਇਆ ਜਾ ਸਕਦਾ ਇਦਾਂ ਕਰਕੇ ਜਿਹੜੀ ਕਿਸੇ ਵੀ ਚੀਜ਼ ਦੀ ਵੰਡ ਦਿਖਾਉਣੀ ਹੋਵੇ ਤੇ ਉਹ ਵੰਡ ਸੰਬੰਧੀ ਨਕਸ਼ੇ ਵਿੱਚ ਦਿਖਾਈ ਜਾਂਦੀ ਹੈ ਚੌਥਾ ਸਥਾਨ ਆਕ੍ਰਿਤੀ ਨਕਸ਼ਿਆਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਜਿਵੇਂ ਸੜਕਾਂ ਰੇਲ ਮਾਰਗਾਂ ਦੀ ਕੁਝ ਨਕਸ਼ੇ ਐਸੇ ਹੁੰਦੇ ਆ ਜਿਹੜੇ ਸੜਕਾਂ ਬਾਰੇ ਦੱਸਦੇ ਰੇਲ ਮਾਰਗਾਂ ਬਾਰੇ ਦੱਸਦੇ ਆ ਜਾਂ ਤੁਸੀਂ ਜਿੱਥੇ ਡੈਮ ਬਣੇ ਆ ਉਹ ਉਹਨਾਂ ਦੇ ਬਾਰੇ ਦੱਸਦੇ ਆ ਤਾਂ ਜਿਹੜੀਆਂ ਚੀਜ਼ਾਂ ਇਨਸਾਨ ਨੇ ਬਣਾਈਆਂ ਜਿਵੇਂ ਹੁਣ ਪਰਮਾਣੂ ਸ਼ਕਤੀ ਦੇ ਕੇਂਦਰ ਹੈਗੇ ਆ ਤਾਂ ਇਦਾਂ ਕਰਕੇ ਜਿਹੜੇ ਚੀਜ਼ਾਂ ਹੈਗੀਆਂ ਉਹ ਸਥਾਨ ਆਕ੍ਰਿਤੀ ਨਕਸ਼ਿਆਂ ਦੇ ਰਾਹੀਂ ਆਪਾਂ ਦੇਖ ਸਕਦੇ ਆ ਐਟਲਸ ਨਕਸ਼ੇ ਛੋਟੇ ਪੈਮਾਨੇ ਦੇ ਆਧਾਰਿਤ ਜਿਨ੍ਹਾਂ ਦਾ ਕਿਤਾਬ ਦੇ ਰੂਪ ਵਿੱਚ ਵਿਸਤਾਰ ਕਰ ਦਿੱਤਾ ਜਾਂਦਾ ਹੈ ਇਹਨਾਂ ਨੂੰ ਲੈ ਕੇ ਜਾਣਾ ਸੌਖਾ ਹੁੰਦਾ ਹੈ ਤੇ ਵਿਦਿਆਰਥੀਆਂ ਲਈ ਲਾਹੇਵੰਦ ਹੁੰਦੇ ਆ ਐਟਲਸ ਨਕਸ਼ੇ ਕੀ ਇਹਦੇ ਉੱਚ ਇੱਕ ਛੋਟੀ ਜੀ ਕਿਤਾਬ ਬਣਾ ਲਈ ਜਾਂਦੀ ਹੈ ਉੱਚ ਵੱਖ-ਵੱਖ ਤਰ੍ਹਾਂ ਦੇ ਨਕਸ਼ਿਆਂ ਨੂੰ ਇਕੱਠੇ ਇੱਕ ਜਗ੍ਹਾ ਦੇ ਵਿੱਚ ਕਲਾਸ ਦੇ ਮੁਤਾਬਕ ਜੇ ਮੰਨ ਲਓ 9ਵੀਂ ਕਲਾਸ ਹੈ ਉਹਨਾਂ ਨੂੰ ਉਸ ਦੇ ਮੁਤਾਬਕ ਨਕਸ਼ੇ ਆ ਦੱਸੇ ਜਾਂਦੇ ਜੋ ਉਹਨਾਂ ਦੇ ਕਿਤਾਬ ਦੇ ਵਿੱਚ ਆ 6ਵੀਂ ਨੂੰ ਉਸ ਮੁਤਾਬਕ 10ਵੀਂ ਨੂੰ ਉਸ ਮੁਤਾਬਕ ਉਹਨੂੰ ਐਟਲਸ ਕਿਹਾ ਜਾਂਦਾ ਹੈ ਖੇਮਾ ਦੂਰੀ ਦਿਸ਼ਾ ਪ੍ਰਮਾਣਿਕ ਚਿੰਨ ਨਕਸ਼ਿਆਂ ਦੇ ਤਿੰਨ ਥੰਮ ਜਾਂ ਅਤ ਜ਼ਰੂਰੀ ਤੱਤ ਮੰਨੇ ਜਾਂਦੇ ਦੂਰੀ ਦਿਸ਼ਾ ਪ੍ਰਮਾਣਿਕ ਚਿੰਨ ਪ੍ਰਮਾਣਿਕ ਚਿੰਨ ਕੀ ਆ ਜਿਵੇਂ ਮੰਨ ਲਓ ਆਪਾਂ ਕਿਸੇ ਖਾਸ ਥਾਂ ਤੇ ਜਿਵੇਂ ਹੁਣ ਜਿਵੇਂ ਆਪਾਂ ਗੋਲਡਨ ਟੈਂਪਲ ਹੈ ਇਹਨੂੰ ਪ੍ਰਮਾਣਿਕ ਚਿੰਨ ਵੀ ਵਰਤ ਸਕਦੇ ਆ ਨਾ ਵੀ ਮੰਨ ਲਓ ਕਿਉਂਕਿ ਇਹ ਇੱਕ ਐਸੀ ਫੇਮਸ ਜਗ੍ਹਾ ਜਿੱਥੇ ਹਰੇਕ ਬੰਦੇ ਨੂੰ ਜਿਹਨੂੰ ਪਤਾ ਹੁੰਦਾ ਵੀ ਇਸ ਥਾਂ ਤੇ ਆ ਉਥੋਂ ਫਿਰ ਆਪਾਂ ਕਿਸੇ ਹੋਰ ਥਾਂ ਤੇ ਜਾਣਾ ਹੈ ਕਿੱਦਾਂ ਜਾਣਾ ਦੂਰੀ ਦੇਖਣੀ ਆ ਕਿੰਨਾ ਸਮਾਂ ਲੱਗਣਾ ਉਹ ਨਕਸ਼ਿਆਂ ਦੇ ਰਾਹੀਂ ਸਾਨੂੰ ਪਤਾ ਲੱਗ ਸਕਦਾ ਆ ਜਾਂ ਕੁਝ ਪ੍ਰਮਾਣਿਕ ਚਿੰਨ ਜਿਹੜੇ ਉਹ ਅਸੀਂ ਆਪਣੇ ਤੌਰ ਤੇ ਵੀ ਵਿੱਚ ਨਕਸ਼ੇ ਦੇ ਵਿੱਚ ਐਡ ਕਰ ਸਕਦੇ ਆ ਤੇ ਉਹਨਾਂ ਦੇ ਬਾਰੇ ਬਾਅਦ ਸੰਖੇਪ ਵਿੱਚ ਲਿਖ ਸਕਦੇ ਵੀ ਆਹ ਪ੍ਰਮਾਣਿਕ ਚਿੰਨ ਜਿਹੜਾ ਇਸ ਥਾਂ ਦੇ ਉੱਤੇ ਆ ਤੇ ਇੱਥੋਂ ਅਸੀਂ ਕਿਸੇ ਹੋਰ ਥਾਂ ਤੇ ਜਾਣਾ ਹੋਵੇ ਤਾਂ ਉਹ ਸਾਡੇ ਲਈ ਸੌਖਾ ਹੋ ਜਾਂਦਾ ਨਕਸ਼ੇ ਤੇ ਦੂਰੀ ਨਕਸ਼ੇ ਤੇ ਦੂਰੀ ਪੈਮਾਨੇ ਦੇ ਆਧਾਰ ਤੇ ਵਿਖਾਈ ਜਾਂਦੀ ਹੈ ਹੁਣ ਨਕਸ਼ਾ ਤਾਂ ਛੋਟਾ ਜਾਂਦਾ ਪਰ ਉਹ ਨਕਸ਼ਾ ਸਾਨੂੰ ਇਹ ਦੱਸ ਦਿੰਦਾ ਆ ਵੀ ਜੇਕਰ ਅਸੀਂ ਪੰਜਾਬ ਤੋਂ ਦਿੱਲੀ ਜਾਣਾ ਹੈ ਤਾਂ ਉਹ ਕਿੰਨੇ ਕਿਲੋਮੀਟਰ ਹੋਊਗਾ ਕਿਉਂਕਿ ਉਹਦੇ ਵਿੱਚ ਜਿਵੇਂ ਸੈਂਟੀਮੀਟਰ ਜਾਂ ਮਿਲੀਮੀਟਰ ਜਿਹੜੇ ਉਹ ਕਿਲੋਮੀਟਰਾਂ ਵਿੱਚ ਵੰਡੇ ਜਾਂਦੇ ਆ ਜੇ 1 ਸੈਂਟੀਮੀਟਰ ਜਿਹੜਾ ਉਸ ਹੈਗਾ ਆਪਾਂ ਸਕੀਲ ਨਾਲ ਨਾਪੀਏ ਤਾਂ ਉਹ ਦੱਸਿਆ ਹੁੰਦਾ ਅੱਗੇ ਵੀ 1 ਸੈਂਟੀਮੀਟਰ 500 ਕਿਲੋਮੀਟਰ ਦੇ ਬਰਾਬਰ ਆ 200 ਕਿਲੋਮੀਟਰ ਦੇ ਬਰਾਬਰ ਆ ਕਿੱਦਾਂ ਇਦਾਂ ਆਪਾਂ ਦੂਰੀ ਜਿਹੜੀ ਆ ਨਕਸ਼ੇ ਦੇ ਰਾਹੀਂ ਜਾਣ ਸਕਦੇ ਆ ਹੁਣ ਅੱਗੇ ਆ ਪ੍ਰਸ਼ਨ ਇਤਿਹਾਸਿਕ ਨਕਸ਼ੇ ਕੀ ਹੁੰਦੇ ਹਨ ਇਤਿਹਾਸਿਕ ਨਕਸ਼ੇ ਇਤਿਹਾਸਿਕ ਘਟਨਾਵਾਂ ਜਿਵੇਂ ਲੜਾਈਆਂ ਸੱਭਿਆਚਾਰਾਂ ਦਾ ਵਿਸਤਾਰ ਮਹੱਤਵਪੂਰਨ ਯਾਤਰਾਵਾਂ ਆਦਿ ਦਾ ਅਧਿਐਨ ਕਰਨ ਬਾਰੇ ਵਰਤੇ ਜਾਂਦੇ ਹਨ ਇਹਦੇ ਬਾਰੇ ਦੱਸਤਾ ਤੁਹਾਨੂੰ ਨਕਸ਼ਿਆਂ ਦੇ ਤਿੰਨ ਥੰਮ ਕਿਹੜੇ ਹਨ ਦੂਰੀ ਦਿਸ਼ਾ ਅਤੇ ਪ੍ਰਮਾਣਿਕ ਚਿੰਨ ਇਹ ਵੀ ਵਸਤਾ ਤੁਹਾਨੂੰ ਇਹ ਤਿੰਨ ਥਾਮੇ ਤਿੰਨ ਜ਼ਰੂਰੀ ਤੱਤ ਹੈਗੇ ਇਹਨਾਂ ਤੋਂ ਬਿਨਾ ਨਕਸ਼ਿਆਂ ਨੂੰ ਪੜ੍ਹਨਾ ਤੇ ਦੇਖਣਾ ਸਾਰੇ ਲਈ ਮੁਸ਼ਕਲ ਹੋ ਜਾਂਦਾ ਹੈ ਨਕਸ਼ਿਆਂ ਤੋਂ ਦੂਰੀ ਕਿਵੇਂ ਦਿਖਾਈ ਜਾਂਦੀ ਹੈ ਨਕਸ਼ੇ ਤੋਂ ਦੂਰੀ ਪੈਮਾਨੇ ਦੇ ਆਧਾਰ ਤੇ ਦਿਖਾਈ ਜਾਂਦੀ ਹੈ ਪੈਮਾਨਾ ਸਕੇਲ ਫੁੱਟਾ ਹੁੰਦਾ ਹਨ ਫੁੱਟੇ ਦੇ ਉੱਤੇ ਜਿਵੇਂ ਇੱਕ ਪਾਸੇ ਮਿਲੀਮੀਟਰ ਜਾਂ ਸੈਂਟੀਮੀਟਰ ਇੱਕ ਪਾਸੇ ਇੰਚ ਆ ਉਹ ਗਿਣਤੀ ਕਰਕੇ ਮਿੰਤੀ ਕਰਕੇ ਅਸੀਂ ਨਕਸ਼ੇ ਤੋਂ ਇੱਕ ਥਾਂ ਤੋਂ ਦੂਜੀ ਥਾਂ ਦੀ ਦੂਰੀ ਨਕਸ਼ੇ ਰਾਹੀਂ ਦੇਖ ਸਕਦੇ ਹਾਂ ਖਾਲੀ ਥਾਵਾਂ ਡੈਸ਼ ਨਕਸ਼ੇ ਲੈ ਕੇ ਜਾਣੇ ਸੌਖੇ ਹੁੰਦੇ ਹਨ ਐਟਲਸ ਨਕਸ਼ੇ ਕਿਉਂਕਿ ਇੱਕ ਕਿਤਾਬ ਦੇ ਰੂਪ ਵਿੱਚ ਹੁੰਦੇ ਤੇ ਬਹੁਤ ਸਾਰਾ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਕਸ਼ੇ ਆਪਾਂ ਇੱਕ ਐਟਲਸ ਵਿੱਚ ਪਾ ਦਿੰਨੇ ਹਨ ਡੈਸ਼ ਨਕਸ਼ਿਆਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਕਰਤੀਆਂ ਦਰਸਾਈਆਂ ਜਾਂਦੀਆਂ ਹਨ ਇਹ ਆ ਸਥਾਨ ਆਕਰਤੀਆਂ ਜੋ ਇਹਨਾਂ ਚੀਜ਼ਾਂ ਪਰਮਾਤਵਾਂ ਨੇ ਬਣਾਈਆਂ ਜਿਹੜੀਆਂ ਫੇਮਸ ਹੈਈਆਂ ਮਸ਼ਹੂਰ ਹੈ ਜਿਵੇਂ ਆਪਾਂ ਲੋਕ ਆਪਾਂ ਕਿਸੇ ਪਹਾੜੀ ਸਥਾਨ ਤੇ ਜਾਂਦੇ ਸ਼ਿਮਲੇ ਜਾਂਦੇ ਆ ਕਿ ਦਾਹਲ ਹੌਜ਼ੀ ਜਾਂਦੇ ਆ ਤੇ ਉਹ ਸਾਰੇ ਇੱਕ ਬੰਦੇ ਦੇ ਮਾਈਂਡ ਤੇ ਹੈਗਾ ਵੀ ਇਹ ਜਗ੍ਹਾ ਹੈਗੀ ਕੋਈ ਕੁਦਰਤੀ ਹੈ ਸਾਰੀਆਂ ਨਾ ਤੇ ਜਿਹੜੇ ਇਨਸਾਨ ਵੱਲੋਂ ਬਣਾਈਆਂ ਜਿਵੇਂ ਭਾਖੜਾ ਡੈਮ ਇਨਸਾਨ ਵੱਲੋਂ ਬਣਾਇਆ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਥਾਨਕ ਰਿਤਿ ਨਕਸ਼ੇ ਰੈਂਡ ਖਾਈਆਂ ਜਾਂਦੀਆਂ ਦੂਰੀ ਦਿਸ਼ਾ ਤੇ ਪ੍ਰਮਾਣਿਕ ਚਿੰਨ ਨਕਸ਼ਿਆਂ ਦੇ ਤਿੰਨ ਜ਼ਰੂਰੀ ਤੱਤ ਹਨ ਇਹ ਆਪਾਂ ਪੜ ਚੁੱਕੇ ਆ ਸਹੀ ਗੱਲ ਤੇ ਅਗਿਓ ਬੱਚਿਓ ਐਟਲਸ ਨਕਸ਼ਾ ਵਿਦਿਆਰਥੀ ਨੇ ਲਾਹੇਵੰਦ ਹੁੰਦੇ ਆ ਸਹੀ ਆ ਵੰਡ ਸੰਬੰਧੀ ਨਕਸ਼ੇ ਵਕਫਾ ਖਸਨਾ ਖਣਿਜਾਂ ਜਨਸੰਖਿਆ ਦੀ ਵੰਡ ਦਿਖਾਉਂਦੇ ਹਨ ਇਹ ਵੀ ਸਹੀ ਆ ਨਕਸ਼ਿਆਂ ਤੇ ਦੂਰੀ ਪੈਮਾਨੇ ਦੇ ਆਧਾਰ ਤੇ ਦਿਖਾਈ ਜਾਂਦੀ ਇਹ ਵੀ ਸਹੀ ਆ ਤੇ ਸੋ ਇਹ ਸਾਡੀ ਡੇਲੀ ਡੋਸ ਸੀਗੀ 9 ਤਰੀਕ ਦੀ 9 ਸਤੰਬਰ ਦੀ ਤੇ ਬੱਚਿਓ ਧਿਆਨ ਨਾਲ ਵੀਡੀਓ ਦੇਖਿਆ ਕਰੋ ਤੇ ਸਾਰੇ ਕੁਐਸਚਨ ਨੋਟ ਕਰਿਆ ਕਰੋ ਤੇ ਦਿਮਾਗ 'ਚ ਗੱਲ ਨੂੰ ਬਿਠਾਇਆ ਕਰੋ ਵੀ ਕੀ ਦੱਸਿਆ ਗਿਆ